ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਗ੍ਰਿਫਤਾਰੀ ਦੇਣ ਦੀ ਮੰਗ ਕੀਤੀ ਗਈ। ਜਥੇਬੰਦੀਆਂ ਵੱਲੋਂ ਲਗਾਤਾਰ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ, ਜਿਸ ਦੇ ਚੌਥੇ ਦਿਨ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਬਾਹਰ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਨੂੰ ਉਜਾੜਨ ਲਈ ਜੋ ਤਿੰਨ ਖੇਤੀ ਆਰਡੀਨੈਂਸ ਲੈ ਕੇ ਆਉਣ ਸੰਬੰਧੀ ਪ੍ਰਦਰਸ਼ਨ ਕੀਤਾ ਗਿਆ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਗ੍ਰਿਫਤਾਰੀਆਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਦੇਲ ਨੇ ਦੱਸਿਆ ਕਿ 14 ਅਤੇ 15 ਸਤੰਬਰ ਨੂੰ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਅੰਦੋਲਨ ਮਾਪਦੰਡਾਂ ਦੇ ਤਹਿਤ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਜੇਲ੍ਹਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ 20 ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਗ੍ਰਿਫਤਾਰੀ ਪੇਸ਼ ਕੀਤੀ ਜਾ ਰਹੀ ਹੈ। ਜੇਕਰ ਭਵਿੱਖ ਵਿੱਚ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਤੁਸੀਂ ਬੈਠੋ, ਕੀ ਕਰਾਉਂਦੇ ਜੇ? ਹਾਂਜੀ 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 ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਪੂਰੇ ਪੰਜਾਬ 'ਚ ਅਸੀਂ ਐਲਾਨ ਕੀਤਾ ਸੀਗਾ ਵੀ ਆਪਾਂ ਜੇ ਜੋ ਸਰਕਾਰ ਦਾ ਰੌਂ ਰਵੱਈਆ ਵਾ, ਅੱਜ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਅੱਗੇ ਪੇਸ਼ ਹੋ ਕੇ ਵਲੰਟੀਅਰ ਗ੍ਰਿਫਤਾਰੀਆਂ ਦੇਵਾਂਗੇ। ਸੋ ਅੱਜ ਵੀ ਥੋੜ੍ਹੀ ਦੇਰ ਬਾਅਦ ਅਸੀਂ 51 ਮੈਂਬਰੀ ਜਥਾ ਪੇਸ਼ ਕਰਾਂਗੇ। ਸਾਹਿਬ ਸਿੰਘ ਕੱਕੜ ਸਾਡੇ ਕਾਗੂ ਨੇ, ਉਹਨਾਂ ਦੇ ਪੋਤੇ ਪੋਤਰੀ ਪਰਿਵਾਰ ਵੀ ਉਹਨਾਂ ਦਾ ਜੇਲ੍ਹ 'ਚ ਜਾਊਗਾ। ਸੋ ਇਸ ਕਿਸਮ ਦੀਆਂ ਭਾਵਨਾ ਵੀ ਹੈਗੀਆਂ। ਦੂਸਰਾ, ਜੋ ਸਰਕਾਰ ਦਾ ਹੀ ਰਵੱਈਆ ਵੇਖ ਰਹੇ ਹਾਂ ਵੀ ਜਿਹੜੇ ਖੇਤੀ ਦੇ 3 ਆਰਡੀਨੈਂਸ ਆ, ਬਿਜਲੀ ਸੋਧ ਬਿੱਲ 200 ਵੀ ਆ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਜਿਹੜਾ ਇਹ ਅੰਦੋਲਨ ਚਲਾ ਰਹੇ ਹਾਂ। ਸੋ ਅਜੇ ਤੱਕ ਜੋ ਸਾਨੂੰ ਦਿਖਿਆ ਵਾ ਵੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਭਾਰਤ ਦੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਸਗੋਂ ਅੰਬਾਨੀਆਂ ਅਡਾਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਗੱਲ ਸੁਣ ਰਹੀ ਆ। ਲੋਕਤੰਤਰ ਨਹੀਂ ਹੈਗਾ ਭਾਰਤ ਦੇ ਵਿੱਚ, ਭਾਰਤ ਦੀ ਸਰਕਾਰ ਡਿਕਟੇਟ ਕਰ ਰਹੀ ਆ ਪੂਰੀ ਤਰ੍ਹਾਂ। ਤੁਸੀਂ ਵੇਖੋ ਅੰਦੋਲਨ ਵੱਧ ਰਿਹਾ ਵਾ। ਕੱਲ੍ਹ ਹਰਿਆਣਾ ਦੇ ਕਿਸਾਨਾਂ ਦੇ ਲਾਠੀਚਾਰਜ ਹੋਇਆ, ਜਿਹਦੀ ਸਖ਼ਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ, ਪਰ ਹਰਿਆਣਾ ਦੇ ਕਿਸਾਨਾਂ ਨੂੰ ਵਧਾਈ ਹੋਣੀ ਚਾਹੀਦੀ ਆ। ਉਹਨਾਂ ਨੇ ਵੱਡੀ ਸੜਕ ਜਾਮ ਕਰਕੇ ਖੱਟਰ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਅਤੇ ਗੋਡੇ ਪਰਨੇ ਕਰਕੇ ਉਹਨਾਂ ਨੇ ਰੈਲੀ ਕੀਤੀ। ਅਸੀਂ ਹਰਿਆਣੇ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਪੂਰਾ ਪੰਜਾਬ ਤੁਹਾਡੇ ਨਾਲ ਖੜਾ। ਹਰਿਆਣੇ ਦੇ ਆੜ੍ਹਤੀਆਂ ਨੂੰ ਕਹਿਣਾ ਚਾਹੁੰਦੇ ਵੀ ਤੁਹਾਡਾ ਪੰਜਾਬ ਅਸੀਂ ਤੁਹਾਡੇ ਘੋਲ ਨੂੰ ਸਜਦਾ ਕਰਦੇ ਹਾਂ ਔਰ ਤੁਹਾਨੂੰ ਵਾਅਦਾ ਕਰਾਉਂਦੇ ਹਾਂ ਵੀ ਤੁਹਾਡੇ ਮਗਰਿਆਂ ਜਿਹੜਾ 20 ਤਰੀਕ ਦਾ ਉਹਨਾਂ ਦਾ ਅੰਦੋਲਨ ਆ ਰਿਹਾ ਵਾ, ਉਹਦੇ ਵਿੱਚ ਵੀ ਸਮਰਥਨ ਕਰਾਂਗੇ। ਜਿਹੜਾ ਅਸੀਂ ਇਹਦੋ ਗਾਹਾਂ ਜਿਹੜੇ ਸਾਂਝੇ ਅੰਦੋਲਨ, 1/14 ਨੂੰ ਅੰਦੋਲਨ ਆ ਰਿਹਾ ਵਾ, 250 ਜਥੇਬੰਦੀਆਂ ਦਾ ਦੇਸ਼ ਵਿਆਪੀ, ਉਹਦੀ ਹਮਾਇਤ ਵੀ ਕਰਾਂਗੇ। ਉਹਦਾ ਐਲਾਨ ਜਿਹੜਾ ਵਾ ਅਸੀਂ ਅੱਜ ਕਰ ਦੇਣਾ ਵਾ, 2-3 ਘੰਟਿਆਂ ਬਾਅਦ 3 ਵਜੇ ਐਲਾਨ ਹੋ ਜਾਣਾ ਅਤੇ ਐਲਾਨ ਬਹੁਤ ਤਿੱਖਾ ਕਰਾਂਗੇ ਸਾਂਝਾ। ਇਹ ਤੋਂ ਗਾਹਾਂ 15 ਤਰੀਕ ਨੂੰ ਵੀ ਜਥੇਬੰਦੀਆਂ ਦਾ ਵੱਡਾ ਅੰਦੋਲਨ ਆ, ਉਹਦੇ ਵਾਸਤੇ ਵੀ ਤਾਲਮੇਲ ਵਾ ਆਪਾਂ ਵੀ ਕਰਾਂਗੇ ਅਤੇ ਉਹ ਵੀ ਕਰਨਗੇ, ਇੱਕ ਸਾਂਝੇ ਸੰਘਰਸ਼। ਤੁਸੀਂ ਵੇਖੋਗੇ 14 ਅਤੇ 15 ਨੂੰ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਹੋਊਗਾ, ਦੇਸ਼ ਵਿਆਪੀ ਇਹ ਅੰਦੋਲਨ ਆ। ਤੋ ਕੇਂਦਰ ਦੀ ਸਰਕਾਰ ਨੂੰ ਲੋਕਾਂ ਦੀਆਂ ਗੱਲਾਂ ਧਿਆਨ ਵਿੱਚ ਰੱਖਦਿਆਂ, ਲੋਕਾਂ ਨਾਲ ਟੋਕ ਕਰਕੇ, ਸਾਡੇ ਨਾਲ ਗੱਲਬਾਤ ਕਰਕੇ ਸਾਡੀ ਆਵਾਜ਼ ਨੂੰ ਸੁਣਿਆ ਜਾਵੇ। ਇਹ ਤੋਂ ਗਾਹਾਂ ਘੱਟੋ ਘੱਟ ਵੀ 200 ਤੋਂ ਵੱਧ ਜਿਹੜੇ ਸੰਸਦ ਆ ਉਹ ਕਿਸਾਨੀ ਖੇਤਰ ਤੋਂ ਸਿੱਧੇ ਸਿੱਧੇ, ਉਹਨਾਂ ਦਾ ਪਿਛੋਕੜ ਕਿਸਾਨੀ ਵਾਲਾ ਵਾ, ਉਹਨਾਂ ਨੂੰ ਚਾਹੀਦਾ ਵੀ ਉਹ ਪਾਰਲੀਮੈਂਟ ਦੇ ਵਿੱਚ ਇਹਨਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰੇ। ਅਸੀਂ ਪੰਜਾਬ ਦੇ ਪਾਰਲੀਮੈਂਟਸ ਮੈਂਬਰਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਉੱਥੇ ਨਾ ਕੀਤਾ ਤੁਹਾਨੂੰ ਕੱਲ੍ਹ ਨੂੰ ਪਿੰਡਾਂ 'ਚ ਨਹੀਂ ਜੇ ਵੜਨ ਦੇਣਾ, ਕਿਸੇ ਨੇ ਨਹੀਂ ਵੜਨ ਦੇਣਾ, ਜਿਹੜੀਆਂ ਮਰਜ਼ੀ ਸੁਰੱਖਿਆ ਲੈ ਲਿਓ। ਸੋ ਪੰਜਾਬ ਦੇ ਹੱਕ 'ਚ ਖਲੋਇਓ, ਪੰਜਾਬ ਦੀ ਖੇਤੀ ਵੱਲ ਵੇਖੋ, ਦੇਸ਼ ਦੇ ਹੱਕ 'ਚ ਖਲੋਇਓ, ਦੇਸ਼ ਦੀ ਏਕੀ ਵਿੱਚ ਮਿਲਿਓ। ਸੋ ਸਾਡਾ ਪ੍ਰੋਟੈਸਟ ਇਸੇ ਤਰ੍ਹਾਂ ਜਿਹੜਾ ਵਾ ਆਉਣ ਵਾਲੇ ਸਮੇਂ ਵਿੱਚ ਵੀ, ਅੱਜ ਤੁਸੀਂ ਵੇਖ ਰਹੇ ਹੋ ਅਸੀਂ ਕੇਂਦਰੀ ਜੇਲ੍ਹ ਪ੍ਰਤਾਪਪੁਰ ਦੇ ਵਿੱਚ ਜੇਲ੍ਹ ਦੇ ਅੱਗੇ ਬਹਿ ਕੇ ਆਪਣਾ ਰੋਸ ਪ੍ਰੋਟੈਸਟ ਕਰ ਰਹੇ ਹਾਂ। ਧੰਨਵਾਦ। ਅਗਲਾ ਕਦਮ ਤੁਹਾਡਾ ਕੀ ਹੋਏਗਾ? ਬਸ ਮੈਂ ਪਹਿਲਾਂ ਵੀ ਕਹਿਤਾ ਵੀ ਅਗਲਾ ਕੰਮ ਅੱਜ ਹੀ, ਜੇ ਪ੍ਰੈਸ ਇੱਥੇ ਖਲੋ ਜਾਵੇ ਅੱਜ ਹੀ 3 ਵਜੇ ਐਲਾਨ ਅਗਲਾ ਆਊਗਾ ਵੀ ਅਗਲਾ ਇਦੋਂ ਵੀ ਤੇਜ਼ ਕਰਾਂਗੇ। 4 ਦਿਨ ਲਗਾਤਾਰ ਤਾਂ ਡੀਸੀ ਦੇ ਉੱਤੇ ਬਾਅਦ ਧਰਨਾ ਦਿੱਤਾ ਗਿਆ, ਪੁਲਿਸ ਨਾਲ ਝੜਪ ਵੀ ਹੋਈ, ਵੇਖਿਆ ਗਿਆ ਤੁਹਾਡੀ ਵੀ ਵੇਖੋ ਜਿਸ ਤੱਕ ਆ
दोहरे मापदंड आए कैप्टन सरकार दे। एक तां कैप्टन सरकार जिहड़े उन्हां दे पार्टी प्रधान सीगे उन्होंने कहा कि पिंड पिंड जाके अंदोलन छेड़ांगे इन्हां ऑर्डीनेंसां दे खिलाफ, वो नहीं देख रहा कि दूसरा सोनिया जी राहुल जी इन्हां ऑर्डीनेंसां दे खिलाफ कुछ भी नहीं बोल रहे, जां जिहड़ियां होर सूबियां दीआं कांग्रेसी सरकारां ने वो भी इत्थे कुछ नहीं बोल रही। सो जिहड़ा पुलिस का वतीरा वा जलालाबाद च साडे आगुआं दे खिलाफ परचे किए गए ये तो कहा जो तुसीं आ वेख रहे हो। सो मैं कहिंदा भी कोई SHO कल्ला किसी SHO नूं जिम्मेवार नहीं सन सकते, जो 1861 की IPC धारा वा अंग्रेजा का एक कानून सीगा सी तां कहिंदे अज भी गुलामी आ, वह बदलिया नहीं गया, वो गुलामों वास्ते लिया गया सानू गुलाम बुलाउणी, अजे भी IPC उही आ। तो जिहड़ी पुलिस की मानसिकता वा वह आम शहरी नाल आम बंदे ना गुलाम वांग ट्रीट करती है। कल्ला मेरे नाल नहीं होया, तुसीं वेख लो देश के 70% लोगों का रोज़ आ कुछ हुंदा वा। सो असी कहिंदे IPC चेंज की जाए तो पुलिस के कानून में सुधार लिया के पुलिस नूं लोक पक्षी ते लोकां दे जान माल दी राखी वाला बनाया जाए। सो जो कुछ होया वो बहुत निंदनीय, साडा किसे ना को वैर नहीं हैगा, असी आपदा प्रोग्राम करी जाने वो आपदा करी जाण। सो सरकार वल्लों शरारतां हो रही, असी पुर अमन तरीके ना सारा कुछ चला रहे हैं। बिल्कुल जी, वेखो जेल भरो अंदोलन जे पंजाब का इतिहास वेखो, इत्थे मोगा मोर्चा चलिया जेल भरो दे विच, पंजाबी सूबे का मोर्चा, वो इस तरीके ना अज जे अही 20 गिरफ़्तार दे रहे हैं, जदों गिरफ़्तारियां होणगियां लोगों में रोह वेखो किन्ना फुटना, हुण गुस्सा वेखो पिंडां दे विच किन्ना वा कल हरियाणे। सो सारा पंजाब उठूगा, इन्हां को जेलां ही नहीं बचनियां गिरफ़्तार कर ली, पंजाब नूं ही समझदे आ ये जेलां च खड़न, तुसीं वेखो लोगों का रिस्पोंस की हुंदा, बगावत होऊ पंजाब दे विच, ते लॉ एंड आर्डर की पोजीशन सामने इन्हां नूं मुश्किल हो जू। सो अज जां जिहड़े अगले ऐलान आ रहे आ उच किसे किस्म दा टकराव हुंदा, मोदी सरकार ते कैप्टन जिम्मेवार होणगे, कैप्टन सरकार भी को केंद्र ना बहुता जोर ला के गल नहीं कर रहे, ऐ चुप करके बैठे, उन्हां नूं चाहीदा आप ऑप्शन लैके गृह मंत्रालय ना प्रधानमंत्री ना गल करन तां जो मसलियां दा हल हो सके। धन्यवाद।